ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ 'ਤੇ। ਮੈਂ ਜਿਹੜੀ ਇਹ ਜਿੱਗ ਜੈਗ ਬਟਨ ਪੱਟੀ ਹੈ ਲੈਫਟ ਸਾਈਡ ਅਤੇ ਰਾਈਟ ਸਾਈਡ ਤੁਹਾਨੂੰ ਆਪਣੇ ਚੈਨਲ 'ਤੇ ਦੱਸ ਚੁੱਕੀ ਹਾਂ, ਅਤੇ ਅੱਜ ਮੈਂ ਇਹਦੇ ਵਿੱਚ ਬਟਨ ਹੋਲ ਰੱਖਣਾ ਤੁਹਾਨੂੰ ਦੱਸੂੰਗੀ ਵੀ ਜਿਹੜਾ ਆਪਾਂ ਬਟਨ ਹੋਲ ਆਪਾਂ ਕਿਸ ਤਰ੍ਹਾਂ ਰੱਖਾਂਗੇ ਜਿੱਗ ਜੈਗ ਬਟਨ ਪੱਟੀ ਵਿੱਚ। ਠੀਕ ਹੈ, ਇਹ ਤੁਹਾਨੂੰ ਮੈਂ ਦੋਨੇ ਸਾਈਡਾਂ ਜਿਹੜੀਆਂ ਇਹ ਆਪਣੇ ਸੱਜੇ ਪਾਸੇ ਦੀ ਅਤੇ ਖੱਬੇ ਪਾਸੇ ਦੀ ਬਣਾਉਣੀ ਜਿਹੜੀ ਦੱਸ ਚੁੱਕੀ ਹਾਂ, ਤੁਸੀਂ ਮੇਰੇ ਚੈਨਲ 'ਤੇ ਜਾ ਕੇ ਇਹਦੀ ਬਣਾਈ ਜਿਹੜੀ ਦੇਖ ਸਕਦੇ ਹੋ। ਅਤੇ ਅੱਜ ਆਪਾਂ ਬਣਾਵਾਂਗੇ ਬਟਨ ਹੋਲ। ਜਦੋਂ ਆਪਾਂ ਬਟਨ ਹੋਲ ਰੱਖਣਾ ਤਾਂ ਪਹਿਲਾਂ ਆਪਾਂ ਕੁੰਡੇ ਵਧਾਉਣੇ ਆ, ਫਿਰ ਆਪਾਂ ਕੁੰਡੇ ਘਟਾਉਣੇ ਆ। ਠੀਕ ਹੈ, ਕੁੰਡੇ ਵਧਾ ਕੇ ਜਿਹੜੀ ਆਪਾਂ ਸਿੰਪਲ ਸਿਲਾਈ ਬੁਣਾਈ ਕਰਦੇ ਹਾਂ ਦੋਨਾਂ ਸਾਈਡਾਂ, ਤਾਂ ਉਹਦੇ ਵਿੱਚ ਆਪਾਂ ਬਟਨ ਹੋਲ ਰੱਖਾਂਗੇ, ਤਾਂ ਇਸ ਤਰ੍ਹਾਂ ਵਿਚਾਲੇ ਬਟਨ ਹੋਲ ਆ ਜਾਊਗਾ। ਠੀਕ ਹੈ, ਮੈਂ ਤੁਹਾਨੂੰ ਬਣਾ ਕੇ ਦਿਖਾ ਦਿੰਦੀ ਹਾਂ। ਪਹਿਲਾਂ ਆਪਾਂ ਦੋ ਕੁੰਡੇ ਕਿਨਾਰੀ ਵਾਲੇ ਹੁਣ ਸਿੱਧੇ ਪਾਸੇ ਤੋਂ ਆਪਾਂ ਇਹ ਕੁੰਡੇ ਜਿਹੜੇ ਬਣਾ ਲਏ ਸਾਰੇ, ਇਸ ਤਰ੍ਹਾਂ ਉਲਟੇ ਪਾਸੇ ਤੋਂ ਕੁੰਡੇ ਜਿਹੜੇ ਵਧਾਉਣੇ ਹੁੰਦੇ ਆਪਾਂ। ਸੋਰੀ, ਇੱਥੇ ਆਪਾਂ ਕੁੰਡਾ ਵਧਾਉਣਾ ਸੀ, ਉਲਟੀ ਸਾਈਡ 'ਤੇ ਆਪਾਂ ਕੁੰਡੇ ਵਧਾਉਣੇ ਆ। ਜਿਹੜਾ ਆਪਣਾ ਹੈ ਅੱਠਵਾਂ ਕੁੰਡਾ, ਦਸ ਕੁੰਡਿਆਂ ਦੀ ਬਟਨ ਪੱਟੀ ਹੈ, ਅੱਠਵਾਂ ਕੁੰਡਾ ਜਿਹੜਾ ਆਪਣਾ 2 4 6 7 8, ਇਹਦੇ ਆਪਾਂ ਇੱਕ ਕੁੰਡੇ ਤੋਂ ਦੋ ਕੁੰਡੇ ਬਣਾਉਣੇ ਆ। ਪਹਿਲਾਂ ਆਪਾਂ ਇੱਕ ਬਣਾ ਲਿਆ ਉਲਟਾ, ਫਿਰ ਇਹੀ ਕੁੰਡਾ ਪਲਟ ਕੇ ਜਿਵੇਂ ਮੈਂ ਤੁਹਾਨੂੰ ਇਹ ਬਣਾਉਣਾ ਦੱਸਿਆ ਤੁਸੀਂ ਇਸੇ ਤਰ੍ਹਾਂ ਬਣਾ ਲੈਣਾ, ਇੱਕ ਕੁੰਡਾ ਹੋਰ ਬਣਾ ਲਿਆ, ਇੱਕ ਕੁੰਡਾ ਆਪਣਾ ਵੱਧ ਗਿਆ। ਠੀਕ ਹੈ, ਫਿਰ ਆਪਣੇ ਇਹ ਜਿਹੜੇ ਦੋ ਕੁੰਡੇ ਆ ਕਿਨਾਰੀ ਵਾਲੇ ਇਸੇ ਤਰ੍ਹਾਂ ਕੁੰਡੇ ਵਧਾ ਲੈਣੇ। 5 ਕੁੰਡੇ ਮੈਂ ਵਧਾਉਣੀ ਹੈ, ਫਿਰ ਉਸ ਤੋਂ ਬਾਅਦ ਬਟਨ ਹੋਲ ਬਣਾ ਕੇ ਦਿਖਾਉਣੀ ਹੈ ਤੁਹਾਨੂੰ। ਹੁਣ ਇਸ ਤਰ੍ਹਾਂ ਮੈਂ ਕੁੰਡੇ ਵਧਾ ਕੇ 15 ਕੁੰਡੇ ਕਰ ਲਏ, 5 ਕੁੰਡੇ ਆਪਾਂ ਵਧਾ ਲਏ। ਠੀਕ ਹੈ, ਜਿਵੇਂ ਆਪਾਂ ਇਹ ਨੀਚੇ ਬਟਨ ਪੱਟੀ ਬਣਾਈ ਹੈ 5 ਕੁੰਡੇ ਵਧਾਏ, ਫਿਰ ਉਸ ਤੋਂ ਬਾਅਦ ਘਟਾਏ। ਹੁਣ ਜਿਹੜੀ ਆਪਣੀ 15 ਕੁੰਡੇ ਬਣਾਉਣ ਤੋਂ ਬਾਅਦ ਇੱਕ ਸਿਲਾਈ ਆਪਾਂ ਸਿੱਧੇ ਪਾਸੇ ਤੋਂ ਉਲਟੀ ਬਣਾਉਣੀ ਅਤੇ ਇੱਕ ਉਲਟੇ ਪਾਸੇ ਤੋਂ ਉਲਟੀ, ਨਾ ਕੋਈ ਕੁੰਡਾ ਵਧਾਉਣੇ ਆ ਤਾਂ ਅਤੇ ਨਾ ਕੁੰਡਾ ਕੋਈ ਘਟਾਉਣੇ ਆ। ਇਹਦੇ ਵਿੱਚ ਆਪਾਂ ਬਟਨ ਹੋਲ ਰੱਖਾਂਗੇ ਸਿੱਧੇ ਪਾਸੇ ਤੋਂ, ਇੱਕ ਕੁੰਡਾ ਉਤਾਰਿਆ ਫਿਰ ਇਹ ਇਸ ਤਰ੍ਹਾਂ ਉਤਾਰੇ, ਇਹ ਆਪਣੇ ਕਿਨਾਰੀ ਵਾਲੇ ਕੁੰਡੇ ਹੋ ਗਏ। ਉਸ ਤੋਂ ਬਾਅਦ 1 2 3 4 5 6 ਹੁਣ ਆਪਣੇ ਇੱਧਰ ਹੋ ਗਏ 2 4 6 7 ਕੁੰਡੇ, 2 4 6 7 ਕੁੰਡੇ। ਠੀਕ ਹੈ, ਤਾਂ ਹੁਣ ਬਟਨ ਹੋਲ ਆਪਾਂ ਬਣਾਉਣਾ। ਇਸ ਤਰ੍ਹਾਂ ਆਪਾਂ ਥਰਿੱਡ ਨੂੰ ਘੁਮਾ ਕੇ ਅੱਗੇ ਲੈ ਕੇ ਆਵਾਂਗੇ, ਜਾਲੀ ਬਣ ਗਈ।
ਦੋ ਕੁੰਡਿਆਂ ਦਾ ਬਣਾਤਾ ਆਪਾਂ ਇੱਕ ਕੁੰਡਾ। ਫਿਰ ਦੂਸਰੇ ਕੁੰਡੇ ਆਪਣੇ ਸਾਰੇ ਉਲਟੇ। ਹੁਣ ਉਲਟੀ ਸਾਈਡ ਤੋਂ ਸਾਰੇ ਕੁੰਡੇ ਆਪਾਂ ਉਲਟੇ ਬਣਾਵਾਂਗੇ। ਜਿਹੜਾ ਆਪਣਾ ਬਟਨ ਹੋਲ ਵਾਲਾ ਕੁੰਡਾ, ਜਾਲੀ ਵਾਲਾ ਕੁੰਡਾ, ਇਹਨੂੰ ਵੀ ਆਪਾਂ ਇਸ ਤਰ੍ਹਾਂ ਉਲਟਾ ਬਣਾਵਾਂਗੇ। ਠੀਕ ਹੈ, ਇਹ ਆਪਣੇ ਕਿਨਾਰੀ ਵਾਲੇ ਕੁੰਡੇ ਇਸ ਤਰ੍ਹਾਂ। ਹੁਣ ਇਹ ਬਟਨ ਹੋਲ ਬਣ ਗਿਆ ਇਸ ਤਰ੍ਹਾਂ। ਇਸ ਤੋਂ ਬਾਅਦ ਕੁੰਡੇ ਆ ਜਿਹੜੇ ਆਪਾਂ ਘਟਾਉਣੇ ਆ। 10 ਕੁੰਡੇ ਸੀ ਆਪਣੇ ਕੋਲ, ਤਾਂ ਆਪਾਂ 15 ਕੀਤੇ ਵਧਾ ਕੇ। ਤਾਂ ਫਿਰ ਉਸੇ ਤਰ੍ਹਾਂ ਕੁੰਡੇ ਜਦੋਂ ਆਪਾਂ ਘਟਾਉਣੇ ਤਾਂ ਆਪਾਂ ਸਿੱਧੇ ਪਾਸੇ ਤੋਂ ਘਟਾਉਣੇ ਆ। ਦੋ ਕੁੰਡਿਆਂ ਦਾ ਇੱਕ ਬਣਾਇਆ, ਇੱਕ ਕੁੰਡਾ ਘੱਟ ਗਿਆ, ਬਾਕੀ ਸਾਰੇ ਕੁੰਡੇ ਉਲਟੇ। ਇਸ ਤਰ੍ਹਾਂ ਇਹ ਬਟਨ ਹੋਲ ਬਣ ਜਾਂਦਾ ਆਪਣੇ ਵਿੱਚ। ਫਿਰ ਉਲਟੇ ਪਾਸੇ ਤੋਂ ਸਾਰੇ ਕੁੰਡੇ ਉਲਟੇ। ਜਦੋਂ ਆਪਾਂ ਵਧਾਏ ਸੀ ਤਾਂ ਆਪਾਂ ਉਲਟੇ ਪਾਸੇ ਤੋਂ ਵਧਾਏ ਸੀ, ਅਤੇ ਜਦੋਂ ਆਪਾਂ ਘਟਾਉਣੇ ਆ ਤਾਂ ਆਪਾਂ ਸਿੱਧੇ ਪਾਸੇ ਤੋਂ ਘਟਾਉਣੇ ਆ। ਠੀਕ ਹੈ, ਦੋ ਕੁੰਡੇ ਆਪਣੇ ਇਹ ਹੈਗੇ ਆ ਕਿਨਾਰੀ ਵਾਲੇ। ਫਿਰ ਦੋ ਕੁੰਡਿਆਂ ਦਾ ਇੱਕ ਬਣਾਇਆ ਉਲਟਾ, ਫਿਰ ਇੱਕ ਕੁੰਡਾ ਘੱਟ ਗਿਆ। 5 ਕੁੰਡੇ ਆਪਾਂ ਇਸੇ ਤਰ੍ਹਾਂ ਘਟਾ ਲੈਣੇ। ਉਲਟੇ ਪਾਸੇ ਤੋਂ ਸਾਰੇ ਕੁੰਡੇ ਉਲਟੇ ਬਣਨਗੇ। ਸਿੱਧੇ ਪਾਸੇ ਤੋਂ ਹਰ ਵਾਰ ਇੱਕ ਕੁੰਡਾ ਘਟੂਗਾ। ਜਦੋਂ 10 ਕੁੰਡੇ ਆਪਣੇ ਕੋਲ ਰਹਿ ਗਏ ਉਦੋਂ ਆਪਾਂ ਕੁੰਡੇ ਘਟਾਉਣੇ ਬੰਦ ਕਰ ਦਿਆਂਗੇ। ਫਿਰ ਸਿੱਧੀ ਸਾਈਡ 'ਤੇ ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ।
ਫਿਰ ਉਲਟੀ ਸਾਈਡ, ਫਿਰ ਸਿੱਧੀ ਸਾਈਡ 'ਤੇ ਕਿਨਾਰੀ ਵਾਲੇ ਕੁੰਡੇ ਬਣਾ ਕੇ ਦੋ, ਉਸ ਤੋਂ ਬਾਅਦ ਦੋ ਕੁੰਡਿਆਂ ਦਾ ਇੱਕ ਕੁੰਡਾ ਉਲਟਾ, ਉਲਟੀ ਸਾਈਡ 'ਤੇ ਸਾਰੇ ਕੁੰਡੇ ਉਲਟੇ, ਹੁਣ ਆਪਣੇ ਕੋਲ 2, 4, 6, 8, 10 ਕੁੰਡੇ ਰਹਿ ਗਏ। ਠੀਕ ਹੈ, ਹੁਣ ਆਪਾਂ ਕਟਾਈ ਬੰਦ ਕਰ ਦੇਣੀ ਹੈ। ਹੁਣ ਫਿਰ ਉਸੇ ਤਰ੍ਹਾਂ ਇੱਕ ਸਿਲਾਈ, ਉਲਟੇ ਪਾਸੇ ਤੋਂ ਸਾਰੇ ਕੁੰਡੇ ਉਲਟੇ, ਫਿਰ ਪਹਿਲਾਂ ਸਿੱਧੇ ਪਾਸੇ ਤੋਂ ਸਾਰੇ ਉਲਟੇ, ਫਿਰ ਉਲਟੇ ਪਾਸੇ ਤੋਂ ਉਲਟੇ। ਠੀਕ ਹੈ, ਉਸ ਤੋਂ ਬਾਅਦ ਫਿਰ ਕੁੰਡੇ ਵਧਾ ਲੈਣੇ ਆਪਾਂ, ਉਲਟੇ ਪਾਸੇ ਤੋਂ ਕੁੰਡੇ ਵਧਾਉਣੇ ਆ, 15 ਕੁੰਡੇ ਕਰ ਲੈਣੇ ਆ। ਫਿਰ ਉਸ ਤੋਂ ਬਾਅਦ ਆਪਾਂ ਦੇਖਣਾ ਕਿੰਨੀ ਦੂਰ 'ਤੇ ਆਪਾਂ ਜਿਹੜਾ ਬਟਨ ਹੋਲ ਰੱਖਣਾ, ਮਤਲਬ ਇਸ ਤਰ੍ਹਾਂ ਆਊਗਾ ਇੱਕ ਆਪਣਾ, ਜਿਵੇਂ ਇੱਥੇ ਬਟਨ ਹੋਲ ਹੋ ਗਿਆ, ਇੱਥੇ ਇੱਕ, ਇੱਥੇ। ਉਸ ਤੋਂ ਬਾਅਦ ਜਦੋਂ ਕੁੰਡੇ ਵਧਾ ਲਏ ਆਪਾਂ, 15 ਕੁੰਡੇ ਹੋ ਗਏ, ਜਦੋਂ ਆਪਾਂ ਫਿਰ ਇੱਕ ਸਿਲਾਈ ਉਲਟੇ ਪਾਸੇ ਤੋਂ ਸਿੰਪਲ ਬੁਣਾਂਗੇ, ਕੋਈ ਕੁੰਡਾ ਨਹੀਂ ਜਿਹੜਾ ਵਧਾਉਣਾ ਅਤੇ ਕੋਈ ਘਟਾਉਣਾ ਨਹੀਂ ਉਲਟੇ ਪਾਸੇ ਤੋਂ, ਉਹਦੇ ਵਿੱਚ ਫਿਰ ਆਪਾਂ ਬਟਨ ਹੋਲ ਬਣਾ ਲਾਂਗੇ ਅਤੇ ਉਸ ਤੋਂ ਬਾਅਦ ਫਿਰ ਕੁੰਡੇ ਘਟਾਉਣੇ ਸ਼ੁਰੂ ਕਰ ਦਿਆਂਗੇ। ਠੀਕ ਹੈ, ਇਸੇ ਤਰ੍ਹਾਂ ਆਪਣਾ ਬਟਨ ਹੋਲ ਵਿੱਚ ਆਪਾਂ ਰੱਖਦੇ ਜਾਣਾ। ਜੇਕਰ ਤੁਸੀਂ ਬਟਨ ਹੋਲ ਆ ਜਿਹੜਾ ਵੱਡਾ ਰੱਖਣਾ ਇਸ ਤਰ੍ਹਾਂ, ਤਾਂ ਤੁਸੀਂ ਜਿਵੇਂ ਮੈਂ ਇੱਕ ਵਾਲ ਪਾਇਆ ਤਾਂ ਇੱਕ ਵਾਲ ਪਾ ਲੈਣਾ ਸਿਲਾਈ 'ਤੇ, ਜੇਕਰ ਥੋੜ੍ਹਾ ਜਿਹਾ ਵੱਡਾ ਰੱਖਣਾ 2 ਵਾਲ ਸਿਲਾਈ 'ਤੇ ਪਾ ਲੈਣੀ ਹੈ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਸਰਬ ਕ੍ਰੀਏਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਧੰਨਵਾਦ।